ਨਮਸਕਾਰ ਖਬਰਾਂ ਦੇ ਇਸ ਬਲਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਮਨ ਸ਼ੰਕਰ ਪਹਿਲਾ ਪੇਸ਼ ਨੇ ਚੌੜੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਦੀਵਾਲੀ ਦੀ ਪੂਰਵ ਸੰਧਿਆ ਤੇ ਅਯੁੱਧਿਆ ਵਿਖੇ ਦੀਪੋਸਵ ਜਸ਼ਨਾਂ ਵਿੱਚ ਹੋਣਗੇ ਸ਼ਾਮਲ ਸਤਵਾਂ ਆਯੁਰਵੇਦ ਦਿਵਸ ਅੱਜ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ ਇਸਰੋ ਨੇ ਸ਼੍ਰੀ ਹਰੀਕੋਟਾ ਤੋਂ ਵਪਾਰਕ ਸੈਟੇਲਾਈਟ ਐਲਵੀਐਮ-3 ਉਲਾੜ ਵਿੱਚ ਸਫਲਤਾਪੂਰਵਕ ਧਾਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਕ ਪ੍ਰਾਪਤੀ ਤੇ ਇਸਰੋ ਅਤੇ ਹੋਰ ਨਾਲ ਸੰਬੰਧਿਤ ਅਦਾਰਿਆਂ ਨੂੰ ਦਿੱਤੀ ਵਧਾਈ। T20 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਭਾਰਤ ਦਾ ਮੁਕਾਬਲਾ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ। ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੀਵਾਲੀ ਦੀ ਪੂਰਵ ਸੰਧਿਆ ਤੇ ਅਯੁੱਧਿਆ ਵਿਖੇ ਵਿਸ਼ਾਲ ਦੀਪੋਸਮ ਵਿੱਚ ਸ਼ਾਮਲ ਹੋਣਗੇ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਰਵਾਏ ਜਾ ਰਹੇ 6ਵੇਂ ਦੀਪੋਸਵ ਵਿੱਚ ਪ੍ਰਧਾਨ ਮੰਤਰੀ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਸ਼ਾਮ 5 ਵਜੇ ਅਯੁੱਧਿਆ ਪਹੁੰਚਣਗੇ ਅਤੇ 5.6 ਵਜੇ ਦੇ ਆਸ-ਪਾਸ ਉਹ ਭਗਵਾਨ ਸ਼੍ਰੀ ਰਾਮ ਦਾ ਰਸਮੀ ਰਾਜ ਅਭਿਸ਼ੇਕ ਕਰਨਗੇ। ਪ੍ਰਧਾਨ ਮੰਤਰੀ ਮੋਦੀ ਭਗਵਾਨ ਸ਼੍ਰੀ ਰਾਮ ਲੱਲਾ ਵਿਰਾਜਮਾਨ ਦੇ ਦਰਸ਼ਨ ਅਤੇ ਪੂਜਾ ਅਰਚਨਾ ਕਰਨਗੇ ਪ੍ਰਧਾਨ ਮੰਤਰੀ ਤਕਰੀਬਨ ਸ਼ਾਮ 6:30 ਵਜੇ ਸਰਯੂ ਨਦੀ ਦੇ ਨਵੇਂ ਘਾਟ ਤੇ ਆਰਤੀ ਕਰਨ ਉਪਰੰਤ ਦੀਪੋਸਵ ਦੀ ਸ਼ੁਰੂਆਤ ਕਰਨਗੇ ਇਸ ਮੌਕੇ ਸਰਯੂ ਨਦੀ ਦੇ ਘਾਟ ਤੇ 15 ਲੱਖ ਤੋਂ ਵੱਧ ਮਿੱਟੀ ਦੇ ਦੀਵੇ ਜਗਾਏ ਜਾਣਗੇ ਦੀਪੋਸਵ ਦੇ ਜਸ਼ਨਾਂ ਤੋਂ ਪਹਿਲਾਂ ਅਯੁੱਧਿਆ ਵਿੱਚ ਇੱਕ ਵੱਡੀ ਸਵੱਛਤਾ ਮੁਹਿੰਮ ਚਲਾਈ ਗਈ ਹੈ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਗਿਆ ਹੈ ਇਸ ਮੌਕੇ ਅਯੁੱਧਿਆ ਵਿੱਚ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ ਜਿਸ ਲਈ ਸੁਰੱਖਿਆ ਦੇ ਕੜੇ ਬੰਦोबਸ ਕੀਤੇ ਗਏ ਨੇ ਅੱਜ ਦੁਨੀਆ ਭਰ ਵਿੱਚ 7ਵਾਂ ਆਯੁਰਵੇਦ ਦਿਵਸ ਮਨਾਇਆ ਜਾ ਰਿਹਾ ਹੈ। ਧਨਵੰਤਰੀ ਜਯੰਤੀ ਨੂੰ ਸਾਲ 2016 ਤੋਂ ਆਯੁਰਵੇਦ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ ਦੇ ਆਯੁਰਵੇਦ ਦਿਵਸ ਦਾ ਵਿਸ਼ਾ ਹਰ ਦਿਨ ਹਰ ਘਰ ਆਯੁਰਵੇਦ ਰੱਖਿਆ ਗਿਆ ਹੈ। ਆਯੁਰਵੇਦ ਦਿਵਸ ਸੰਬੰਧੀ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਰਵਾਏ ਗਏ ਮੁੱਖ ਸਮਾਰੋਹਮ ਦੌਰਾਨ ਆਯੂਸ਼ ਮੰਤਰੀ ਸਰਬਨੰਦ ਸੋਨੋਵਾਲ ਕਬਾਇਲੀ ਮਾਮਲੇ ਬਾਰੇ ਮੰਤਰੀ ਅਰਜੁਨ ਮੁੰਡਾ ਅਤੇ ਵਿਦੇਸ਼ ਰਾਜ ਮੰਤਰੀ ਮਿਨਾਕਸ਼ੀ ਲੇਖੀ ਨੇ ਸੰਬੋਧਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਆਯੂਸ਼ ਮੰਤਰੀ ਸਰਬਾਨੰਦ ਸੋਨਵਾਲ ਨੇ ਕਿਹਾ ਕਿ ਸਾਨੂੰ ਆਯੁਰਵੇਦ ਦੇ ਨਾਲ ਨਾਲ ਪੁਰਾਤਨ ਪਰੰਪਰਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਆਯੁਰਵੇਦ ਦੀ ਸ਼ਕਤੀ ਨੂੰ ਹੋਰ ਉਜਾਗਰ ਕਰਨ ਦੀ ਲੋੜ ਹੈ ਉਹਨਾਂ ਹਰ ਦਿਨ ਹਰ ਘਰ ਆਯੁਰਵੇਦ ਦਾ ਸਦਾ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਧੰਨਵਾਦ ਦੇਣਾ ਸਤਾ ਹਾਂ ਕਿ ਉਹਨਾਂ ਨੇ ਆਯੂਸ਼ ਵਿਭਾਗ ਨੂੰ ਬੜਵਾ ਦੇਣੇ ਲਈ ਪਿਛਲੇ 8 ਸਾਲ ਦੇ ਅੰਦਰ ਜੋ ਨਿਸ਼ਠਾਪੂਰਵਕ ਮਿਹਨਤ ਕੀਤੀ

उस शक्ति और क्षमता को सही ढंग से प्रस्तुत नहीं कर पाए प्रादरणीय नरेंद्र भाई मोदी के नेतृत्व में इस मंत्रालय के माध्यम से लगातार शोध कार्य को आगे बढ़ाया जा रहा है ਵਿਦੇਸ਼ ਰਾਜ ਮੰਤਰੀ ਮਨਕਸ਼ੀ ਲੇਖੀ ਨੇ ਕਿਹਾ ਕਿ ਆਯੁਰਵੈਦ ਦਿਵਸ ਦੇ ਰੂਪ ਵਿੱਚ ਅੱਜ ਅਸੀਂ ਵਿਗਿਆਨ ਦਾ ਜਸ਼ਨ ਮਨਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਸਾਡੀਆਂ ਪੀੜ੍ਹੀਆਂ ਨੇ ਲੰਬੇ ਸਮੇਂ ਤੋਂ ਕੁਦਰਤੀ ਢੰਗ ਤਰੀਕਿਆਂ ਨੂੰ ਅਪਣਾਇਆ ਹੈ ਕੇਂਦਰੀ ਮੰਤਰੀ ਨੇ ਨਾਗਰਿਕਾਂ ਨੂੰ ਆਯੁਰਵੈਦਿਕ ਜੜੀ ਬੂਟੀਆਂ ਬਾਰੇ ਜਾਣਕਾਰੀ ਵਧਾਉਣ ਲਈ ਕਿਹਾ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਅੱਜ ਤੜਕਸਰ ਸ਼੍ਰੀ ਹਰੀਕੋਟਾ ਤੋਂ ਪਹਿਲਾ ਸਮਰਪਿਤ ਵਪਾਰਕ ਸੈਟੇਲਾਈਟ ਐਲਵੀਐਮ 10 ਪੁਲਾੜ ਵਿੱਚ ਤਾਗਿਆ ਸ਼੍ਰੀ ਹਰੀਕੋਟਾ ਦੇ ਸतीश ਪਵਨ ਪੁਲਾੜ ਕੇਂਦਰ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਪਗ੍ਰਹਿ ਨੂੰ ਦਾਗੇ ਜਾਣ ਲਈ ਪੁੱਠੀ ਗਿਣਤੀ ਬੀਤੇ ਦਿਨ ਸਵੇਰ ਤੋਂ ਹੀ ਸ਼ੁਰੂ ਹੋ ਗਈ ਸੀ ਦਾਗੇ ਜਾਣ ਤੋਂ 19 ਮਿੰਟ ਬਾਅਦ ਰਾਕਟ ਪੁਲਾੜ ਪੰਪ ਤੇ ਪੁੱਜਾ ਅਤੇ 36 ਉਪਗ੍ਰਹਿ ਨੂੰ ਇੱਕ ਇੱਕ ਕਰਕੇ ਪੰਪ ਤੇ ਸਥਾਪਿਤ ਕੀਤਾ ਵਨ ਵੈਬ ਨਾਮ ਦਾ ਇਹ ਪ੍ਰੋਜੈਕਟ ਇੰਡੀਆ ਭਾਰਤੀ ਗਲੋਬਲ ਅਤੇ ਯੂਕੇ ਸਰਕਾਰ ਦਾ ਸਾਂਝਾ ਪ੍ਰੋਜੈਕਟ ਹੈ 345 ਮੀਟਰ ਉੱਚੇ ਇਸ ਰਾਕਟ ਦਾ ਵਜ਼ਨ 644 ਟਨ ਹੈ ਇਸ ਮੌਕੇ ਇਸਰੋ ਮੁਖੀ ਡਾਕਟਰ ਸੋਮਨਾਥ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਐਲਵੀਐਮ3 ਦੀ ਉਡਾਨ ਸਫਲ ਰਹੀ ਅਤੇ ਸਾਰੇ ਉਪਗ੍ਰਹਾਂ ਨੂੰ ਸਫਲਤਾਪੂਰਵਕ ਪਾਤੇ ਸਥਾਪਿਤ ਕਰ ਦਿੱਤਾ ਗਿਆ ਹੈ। ਚੰ드ਰਯਾਨ 3 ਮਿਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਅਗਲੇ ਬਰੇ ਜੂਨ ਮਹੀਨੇ ਵਿੱਚ ਲਾਂਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੰ드ਰਯਾਨ 3 ਮਿਸ਼ਨ ਲਗਭਗ ਤਿਆਰ ਹੈ ਅਤੇ ਇਸ ਦਾ ਅੰਤਿਮ ਏਕੀਕਰਨ ਅਤੇ ਟੈਸਟਿੰਗ ਵੀ ਮੁਕੰਮਲ ਹੋਣ ਦੇ ਨੇੜੇ ਹੈ। ਡਾਕਟਰ ਸੋਮਨਾਥ ਨੇ ਕਿਹਾ ਕਿ ਚੰ드ਰਯਾਨ 3 ਨੂੰ ਛੱਡੇ ਜਾਣ ਲਈ ਫਰਵਰੀ ਅਤੇ ਜੂਨ ਮਹੀਨੇ ਦੌਰਾਨ ਦੋ ਸਲੋਟ ਉਪਲਬਧ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਿਕ ਪ੍ਰਾਪਤੀ ਤੇ ਇਸਰੋ ਅਤੇ ਹੋਰ ਨਾਲ ਸੰਬੰਧਿਤ ਆਦਾਰਿਆਂ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹ ਆਤਮ ਨਿਰਭਰ ਭਾਰਤ ਨੂੰ ਦਰਸਾਉਂਦਾ ਹੈ ਅਤੇ ਆਲਮੀ ਵਪਾਰਕ ਲਾਂਚ ਸੇਵਾ ਬਾਜ਼ਾਰ ਵਿੱਚ ਪ੍ਰਤੀਯੋਗਤਾ ਦੇ ਦੌਰ ਵਿੱਚ ਭਾਰਤ ਨੂੰ ਇੱਕ ਅਗੇਤ ਦਿੰਦਾ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੇਮਿਸਾਲ ਗਵਾਈ ਵਿੱਚ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣਿਆ ਹੈ। ਚੰਡੀਗੜ੍ਹ ਵਿਖੇ ਦੂਰਦਰਸ਼ਨ ਅਤੇ ਆਕਾਸ਼ਵਾਣੀ ਕੇਂਦਰ ਵਿੱਚ ਸਵਸ਼ਥਾ ਅਭਿਆਨ ਦਾ ਜਾਇਜ਼ਾ ਲੈਣ ਮਗਰੋਂ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ ਦੌਰਾਨ ਦੇਸ਼ ਵਿੱਚ ਰਿਕਾਰਡ سرمایہਕਾਰੀ ਹੋਈ ਹੈ ਅਤੇ ਸਰਕਾਰ ਵੱਲੋਂ ਦਰਾਮਦ ਘਟਾਉਣ ਅਤੇ ਬਰਾਮਦ ਵਧਾਉਣ ਤੇ ਜ਼ੋਰ ਦਿੱਤਾ ਗਿਆ ਹੈ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਪਿਛਲੇ ਸਮੇਂ ਦੌਰਾਨ ਖੁਰਾਕੀ ਪਦਾਰਥਾਂ ਦੇ 5297 ਸੈਂਪਲਾਂ ਵਿੱਚੋਂ 1080 ਸੈਂਪਲ ਫੇਲ ਪਾਏ ਗਏ ਨੇ ਚੰਡੀਗੜ੍ਹ ਤੋਂ ਜਾਰੀ ਬਿਆਨ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਦੱਸਿਆ ਕਿ ਪਿਛਲੇ 7 ਮਹੀਨਿਆਂ ਦੌਰਾਨ ਫੂਡ ਸੇਫਟੀ ਵਿੰਗ ਵੱਲੋਂ ਭਰੇ ਗਏ ਸੈਂਪਲਾਂ ਵਿੱਚ 1000 6 ਸੈਂਪਲ ਗੈਰ ਮਿਆਰੀ ਅਤੇ 74 ਸੈਂਪਲ ਅਸੁਰੱਖਿਤ ਪਾਏ ਗਏ ਨੇ ਮਹੀਨਾਵਾਰ ਸੈਂਪਲਾਂ ਦੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅਸੁਰੱਖਿਤ ਅਤੇ ਫੇਲ ਪਾਏ ਗਏ ਸੈਂਪਲਾਂ ਵਿਰੁੱਧ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿੰਗ ਸੂਬਾ ਵਾਸੀਆਂ ਨੂੰ ਖਾਣ ਪੀਣ ਦੀਆਂ ਸ਼ੁੱਧ ਅਤੇ ਮਿਲਾਵਟ ਖੋਰੀ ਤੋਂ ਰਹਿਤ ਵਸਤਾਂ ਮੁਹੱਈਆ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਵਿਭਾਗ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ ਅਤੇ ਮਠਿਆਈਆਂ ਵਿੱਚ ਹੋਣ ਵਾਲੀ ਮਿਲਾਵਟ ਨੂੰ ਰੋਕਣ ਲਈ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ 2 ਦਿਨਾਂ ਯੁਵਾ ਉత్సਵ ਅਤੇ ਯੁਵਾ ਸੰਵਾਦ ਕਰਵਾਇਆ ਗਿਆ ਮਾਨਸਾ ਦੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਸ ਕਾਲਜ ਵਿਖੇ ਕਰਵਾਏ ਗਏ ਯੁਵਾ ਉత్సਵ ਵਿੱਚ ਸੱਭਿਆਚਾਰਕ ਵੰਗੀਆਂ ਕਵਿਤਾ ਜੇ ਤਰਕਾਰੀ ਅਤੇ ਫੋਟੋਗ੍ਰਾਫੀ ਦੇ ਮੁਕਾਬਲੇ ਕਰਵਾਏ ਗਏ ਜੇਤੂ ਨੌਜਵਾਨਾਂ ਨੂੰ ਪ੍ਰਮਾਣ ਪੱત્ર ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਯੂਵਾ ਉత్సਵ ਦਾ ਉਦਘਾਟਨ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਲਜੀਤ ਕੌਰ ਨੇ ਕਿਹਾ ਕਿ ਨੈਰੋ ਯੂਵਾ ਕੇਂਦਰ ਵੱਲੋਂ ਉੱਤਸਵ ਲਈ ਕੀਤੇ ਗਏ ਪ੍ਰਬੰਧ ਇੱਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਯੂਵਾ ਸੰਵਾਦ ਵਿੱਚ ਨੌਜਵਾਨਾਂ ਦੀ ਵੱਡੀ ਗਿਣਤੀ ਇੱਕ ਸ਼ੁਭ ਸੰਕੇਤ ਹੈ। T20 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਭਾਰਤੀ ਟੀਮ ਦਾ ਮੁਕਾਬਲਾ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ ਮੈਲਬੌਰਨ ਕ੍ਰਿਕਟ ਮੈਦਾਨ ਵਿੱਚ ਇਹ ਮੁਕਾਬਲਾ ਬਾਅਦ ਦੁਪਹਿਰ 1.5 ਵਜੇ ਸ਼ੁਰੂ ਹੋਵੇਗਾ ਸੁਪਰ 12 ਸਟੇਜ ਦੇ ਗਰੁੱਪ 2 ਦੇ ਇਸ ਮੁਕਾਬਲੇ ਵਿੱਚ ਦੋਵੇਂ ਟੀਮਾਂ ਜਿੱਤਣ ਦੀ ਭਰਪੂਰ ਕੋਸ਼ਿਸ਼ ਕਰਨਗੀਆਂ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਇਸ ਵਾਰੇ ਦੁਬਈ ਵਿੱਚ ਹੋਏ এਸ਼ੀਆ ਕੱਪ ਵਿੱਚ ਦੋ ਵਾਰ ਆਹਮੋ ਸਾਹਮਣੇ ਹੋ ਚੁੱਕੀਆਂ ਨੇ ਅਤੇ ਦੋਵੇਂ ਹੀ ਟੀਮਾਂ ਨੇ ਇੱਕ ਇੱਕ ਮੈਚ ਜਿੱਤਿਆ ਸੀ ਅੱਜ ਖੇਡੇ ਗਏ ਸੁਪਰ 12 ਦੇ ਗਰੁੱਪ 1 ਦੇ ਮੈਚ ਵਿੱਚ ਸ਼੍ਰੀਲੰਕਾ ਨੇ ਆਇਰਲੈਂਡ ਨੂੰ 9 ਵਿਕਟਾਂ ਦੇ ਫਰਕ ਨਾਲ ਹਰਾਇਆ ਆਇਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 8 ਖਿਡਾਰੀਆਂ ਦੇ ਨੁਕਸਾਨ ਤੇ 128 ਦੌੜਾਂ ਬਣਾਈਆਂ ਸ਼੍ਰੀਲੰਕਾ ਨੇ 15 ਓਵਰਾਂ ਵਿੱਚ 1 ਖਿਡਾਰੀ ਦੇ ਨੁਕਸਾਨ ਤੇ 133 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ ਭਾਰਤੀ ਨਿਸ਼ਾਨੇਬਾਜ਼ ਸੁਭਪਨੀਲ ਕੁਸਾਲੇ ਨੇ 2024 ਵਿੱਚ ਪੈਰਿਸ ਵਿੱਚ ਹੋਣ ਵਾਲੀਆਂ 올림픽 ਖੇਡਾਂ ਲਈ ਕੋਟਾ ਹਾਸਲ ਕਰ ਲਿਆ ਹੈ। ਮਿਸਰ ਦੇ ਕਾਇਰੋ ਵਿੱਚ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ 50 ਮੀਟਰ 에ਅਰ ਰਾਈਫਲ ਮੁਕਾਬਲਿਆਂ ਵਿੱਚ ਸੁਭਪਨੀਲ ਨੇ ਚੌਥੇ ਸਥਾਨ ਤੇ ਰਹਿ ਕੇ ਇਹ ਕੋਟਾ ਹਾਸਲ ਕੀਤਾ। ਮੁਕਾਬਲੇ ਦੇ ਆਖਰੀ ਦੌਰ ਵਿੱਚ ਘੱਟ ਅੰਕ ਲੈਣ ਕਾਰਨ ਸੁਭਪਨੀਲ ਤਮਗਾ ਜਿੱਤਣ ਤੋਂ ਖੁੰਝ ਗਿਆ। ਸੁਭਪਨੀਲ ਕੁਸਾਲੇ ਨਿਸ਼ਾਨੇਬਾਜ਼ੀ ਵਿਸ਼ਵ ਕਾਪਾ ਦਾ ਸੋਨ ਤਮਗਾ ਜਿੱਤੂਏ। ਅਪਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਆ ਰਹੇ ਨੇ ਯੂ ਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇ ਸਕਦੇ ਨੇ ਬੁਲੇਟਿਨ ਦੇ ਅਖੀਰ ਵਿੱਚ 9ਵੇਂ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਦੀਵਾਲੀ ਦੀ ਪੂਰ ਸੰਧਿਆ ਤੇ ਅਯੁੱਧਿਆ ਵਿਖੇ ਦੀਪੋత్సਵ ਜਸ਼ਨਾਂ ਵਿੱਚ ਹੋਣਗੇ ਸ਼ਾਮਲ ਸਤਮਾ ਆਯੁਰਵੇਦ ਦਿਵਸ ਅੱਜ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ इसरो ने श्रीहरिकोटा ਤੋਂ ਵਪਾਰਕ ਸੈਟੇਲਾਈਟ ਐਲਵੀਐਮ-3 ਪੁਲਾੜ ਵਿੱਚ ਸਫਲਤਾਪੂਰਵਕ ਦਾਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਿਕ ਪ੍ਰਾਪਤੀ ਤੇ ਇਸਰੋ ਅਤੇ ਹੋਰ ਨਸਬੰਧਿਤ ਅਦਾਰਿਆਂ ਨੂੰ ਦਿੱਤੀ ਵਧਾਈ ਟੀ-20 ਕ੍ਰਿਕਟ ਵਿਸ਼ੇਬਾ ਵਿੱਚ ਅੱਜ ਭਾਰਤ ਦਾ ਮੁਕਾਬਲਾ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਇਜਾਜ਼ਤ ਦਿਓ ਨਮਸਕਾਰ